ਜੇ 3 ਤਰੀਕ ਨੂੰ ਪਰਸੋਂ ਸ਼ਾਮ ਦਾ ਟਾਈਮ ਹੋਣਾ ਦੁਪਹਿਰ ਬਾਅਦ ਸਾਨੂੰ ਇਤਲਾਹ ਮਿਲੀ ਸੀਗੀ ਕਿ ਹੰਡਾਇਆ ਦੇ ਨੇੜੇ ਕੋਈ ਫਾਇਰਿੰਗ ਇੰਸੀਡੈਂਟ ਹੋਇਆ ਅਤੇ ਕੋਈ ਗਰੁੱਪ ਹੈਗੇ ਜਿਨ੍ਹਾਂ ਨੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ। ਤੁਰੰਤ ਹੀ ਸਾਡੀ ਪੈਟਰੋਲਿੰਗ ਪਾਰਟੀਜ਼ ਐਂਡ ਚੌਂਕੀ CIA ਐਂਡ ਥਾਣੇ ਦੀ ਟੀਮਸ ਉੱਥੇ ਪਹੁੰਚ ਗਈ ਸੀਗੀ। ਸਾਡੇ DSP ਬਰਨਾਲਾ ਮੌਕੇ 'ਤੇ ਪਹੁੰਚ ਗਏ ਸੀਗੇ। ਸੈਂਸਿਟਿਵਿਟੀ ਨੂੰ ਦੇਖਦੇ ਹੋਏ ਵੀ ਰਜਿਸਟਰਡ ਦੀ FIR ਇੰਸਟੈਂਟਲੀ ਐਂਡ ਇਹਦੇ ਵਿੱਚ ਸਾਡੀ SPD ਸਾਹਿਬ ਦੀ ਸੁਪਰਵਿਜ਼ਨ ਹੇਠ ਸੰਦੀਪ ਮੰਡ ਜੀ ਐਂਡ DSPD ਰਜਿੰਦਰ ਪਾਲ ਜੀ, DSP ਬਰਨਾਲਾ ਸਤਵੀਰ ਸਿੰਘ, ਇੰਚਾਰਜ CIA ਬਲਜੀਤ ਸਿੰਘ, SHO ਐਂਡ ਸਾਈਬਰ ਟੈਕਨੀਕਲ ਟੀਮਸ ਤੁਰੰਤ ਫੌਰੀ ਤੌਰ 'ਤੇ ਟੀਮਸ ਐਕਟੀਵੇਟ ਹੋ ਗਈ ਸੀ ਐਂਡ ਉਹਦੇ ਵਿੱਚ ਹੀ ਕੰਮ ਕਰਦੇ ਹੋਏ ਅਸੀਂ ਇਹ ਜਿਹੜੇ ਬੰਦੇ ਸੀਗੇ ਇਹਨਾਂ ਨੂੰ ਟਰੇਸ ਕੀਤਾ। ਅਸੀਂ ਹਾਲੇ ਤੱਕ 5 ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ। ਇਹਦੇ ਵਿੱਚ ਇੱਕ ਕਰਨਵੀਰ ਹੈ, ਰੋਹਿਤ ਹੈ, ਇਹ ਦੋਨੋਂ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹੈ ਐਂਡ ਇੱਕ ਗਗਨਦੀਪ ਹੈ, ਦੀਪਕ ਅਤੇ ਨਿਰਮਲਜੀਤ ਸਿੰਘ, ਇਹ ਬਰਨਾਲੇ ਦੇ ਰਹਿਣ ਵਾਲੇ ਹੈ। ਇਹ ਜੋ ਹਾਲੇ ਤੱਕ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਇਹਦੇ ਵਿੱਚੋਂ ਕਈ ਬੰਦੇ ਕੇਸਵਾਰ ਨੇ ਜੋ ਪੁਰਾਣੇ ਮੁਕੱਦਮੇ ਹੋਏ ਹੈ। ਇਹਨਾਂ ਦੀ ਲਾਗਡਾਟ ਪੁਰਾਣੀ ਚੱਲਦੀ ਆਉਂਦੀ ਹੈ ਅਤੇ ਉਸ ਦਿਨ 3 ਤਰੀਕ ਨੂੰ ਇੱਥੇ ਕੋਰਟ ਦੇ ਵਿੱਚ ਕਿ ਪੁਰਾਣੇ ਕੇਸ ਦੇ ਵਿੱਚ ਇਹਨਾਂ ਦੀ ਪੇਸ਼ੀ ਸੀਗੀ। ਪਹਿਲਾਂ ਇਹਨਾਂ ਦੀ ਇੱਥੇ ਵੀ ਲਾਗਡਾਟ ਹੋਈ, ਕੋਈ ਕਹਾ ਸੁਣੀ ਹੋਈ, ਬਟ ਇੱਥੇ ਪੁਲਿਸ ਪ੍ਰੈਜੈਂਸ ਕਾਫੀ ਦੇਖਦੇ ਹੋਏ ਹੀ ਇੱਥੋਂ ਨਿਕਲ ਗਏ ਸੀ। ਫਿਰ ਇਹਨਾਂ ਨੇ ਹਾਈਵੇ 'ਤੇ ਜਾ ਕੇ ਹੰਡਾਇਆ ਦੇ ਨੇੜੇ ਆਪਸ ਦੇ ਵਿੱਚ ਲੜਾਈ ਝਗੜਾ ਕੀਤਾ ਅਤੇ ਅਸੀਂ ਇਹਨਾਂ ਨੂੰ ਅਰੈਸਟ ਕਰ ਲਿਆ ਹੈ ਜੀ, 5 ਜਣਿਆਂ ਨੂੰ। ਅਤੇ ਰਿਕਵਰੀ ਦੇ ਤੌਰ 'ਤੇ ਸਾਨੂੰ ਇੱਕ 32 ਬੋਰ ਦਾ ਰਿਵੋਲਵਰ, ਦੇਸੀ ਇਲੀਗਲ ਕੰਟਰੀ ਮੇਡ ਵੈਪਨ ਰਿਕਵਰ ਹੋਇਆ ਹੈ ਅਤੇ 3 ਲਾਈਵ ਕਾਰਟਰੇਜਿਸ ਐਂਡ 2 ਖਾਲੀ ਖੋਲ ਵੀ ਬਰਾਮਦ ਹੋਏ ਹੈ। ਇਹਦੇ ਨਾਲ ਨਾਲ ਇਹ ਪਤਾ ਲੱਗਿਆ ਹੈਗਾ ਇਹ ਡਰੱਗਸ ਦਾ ਕੰਮ ਵੀ ਕਰਦੇ ਹੈ ਅਤੇ NDPS ਦਾ ਸੈਕਸ਼ਨ ਵੀ ਐਡ ਹੋਇਆ ਹੈਗਾ ਐਂਡ 115 ਇੰਟੋਕਸੀਕੇਟਡ ਟੈਬਲੇਟਸ ਹਾਲ ਕੀ ਘੜੀ ਅਸੀਂ ਰਿਕਵਰ ਕਰ ਚੁੱਕੇ ਹਾਂ ਇਹਨਾਂ ਤੋਂ। ਜਿਹੜੇ ਇਹਨਾਂ ਦੇ ਐਂਟੀਸੀਡੈਂਟਸ ਹੈ, ਇਹ ਜਿਹੜੇ ਬੰਦੇ ਅਸੀਂ ਫੜੇ ਹੈ ਜੋ ਕਰਨਵੀਰ ਮੁਕਤਸਰ ਦਾ ਰਹਿਣ ਵਾਲਾ, ਇਹਦੇ 'ਤੇ 4 FIR ਹਾਲ ਕੀ ਘੜੀ 'ਚ ਸਾਨੂੰ ਪਤਾ ਲੱਗਿਆ ਹੈਗਾ, ਦੇ ਆਰ ਆਲਰੇਡੀ ਦੇਅਰ ਔਨ ਹਿਮ। ਇੱਕ ਗਗਨਦੀਪ ਹੈ, ਇਹਦੇ 'ਤੇ 1 ਪਰਚਾ ਹੈਗਾ। ਦੀਪਕ ਹੈਗਾ ਜੀ, ਇਹਦੇ 'ਤੇ 6 ਪਰਚੇ ਦਰਜ ਨੇ ਐਂਡ ਇੱਕ ਨਿਰਮਲ ਹੈਗਾ, ਇਹਦੇ 'ਤੇ ਵੀ 6 ਪਰਚੇ ਦਰਜ ਨੇ। ਤੋ ਇਹਨਾਂ ਦੇ ਕ੍ਰਿਮੀਨਲ ਪਾਸਟ ਹੈ, ਇਹਨਾਂ ਨੇ ਆਪਣੇ ਹੀ ਗੈਂਗਸ ਬਣਾਏ ਹੋਏ ਆ, ਗਿਰੋਹ ਬਣਾਏ ਹੋਏ ਸੀਗੇ ਜੋ ਲੋਕਲੀ ਇਹਨਾਂ ਨੇ ਇਲੀਗਲ ਕੰਮ ਦੇ ਵਾਸਤੇ ਇਹ ਇੱਕ ਦੂਜੇ ਦਾ ਸਪੋਰਟ ਕਰਦੇ ਸੀਗੇ ਅਤੇ ਅਸੀਂ ਇਹ 5 ਬੰਦੇ ਫੜ ਲਏ। ਬਾਕੀ ਵੀ ਸਾਨੂੰ ਪਤਾ ਲੱਗੇ, ਆਰ ਰੇਡਿੰਗ ਟੀਮਸ ਆਰ ਆਊਟ ਐਂਡ ਛੇਤੀ ਉਹਨਾਂ ਨੂੰ ਅਸੀਂ ਫੜ ਲਾਂਗੇ। ਸਰ, ਬਰਨਾਲਾ ਦੇ ਮੁਕਤਸਰ ਦਾ ਕਿਤਨਾ ਦਾ ਮੇਲ ਕਿਤਨਾ ਹੋਇਆ ਜੀ? ਪੁਰਾਣਾ ਜਿੱਦਾਂ ਮੈਂ ਤੁਹਾਨੂੰ ਦੱਸਿਆ, 2020 ਦੀ FIR ਹੈਗੀ ਜਿਹਦੇ ਵਿੱਚ ਇਹ ਕੇਸਵਾਰ ਹੈਗੇ, ਉਹਦੇ ਵਿੱਚ ਵੀ ਲਿੰਕਸ ਆਏ ਸੀਗੇ, ਇਹਨਾਂ ਨੂੰ ਜੇਲ੍ਹ ਵੀ ਭੇਜਿਆ ਸੀਗਾ ਅਤੇ ਉਸ ਟਾਈਮ ਤੋਂ ਇਹਨਾਂ ਦੀ ਲਾਗਡਾਟ ਚੱਲਦੀ ਆਪਸ 'ਚ। ਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੀ ਇਹ ਜੇਲ੍ਹ ਦੇ ਵਿੱਚੋਂ ਹੀ ਜੋ ਹਲਕੀ ਘੜੀ ਪਤਾ ਲੱਗਿਆ ਹੈ ਕਿ ਉਸ ਟਾਈਮ ਤੋਂ ਹੀ ਲਾਗਡਾਟ ਇਹਨਾਂ ਦੀ ਚੱਲਦੀ ਹੈਗੀ ਅਤੇ ਜਿੱਦਾਂ ਉਸ ਦਿਨ ਹੀ ਆਮਣੇ ਸਾਹਮਣੇ ਹੋ ਗਏ, ਬਿਕੋਜ਼ ਕੋਰਟ ਹੀਅਰਿੰਗ ਸੀਗੀ, ਸਾਰਿਆਂ ਦੀ ਇੱਥੇ ਪ੍ਰੈਜੈਂਸ ਸੀਗੀ ਅਤੇ ਉਸ ਟਾਈਮ ਫਿਰ ਇਹਨਾਂ ਦੀ ਕਹਾ ਸੁਣੀ ਹੋ ਗਈ ਅਤੇ ਉਹ ਕਾਰਨ ਹਲਕੀ ਘੜੀ ਪਤਾ ਲੱਗਿਆ। ਜੀ ਬਿਲਕੁਲ ਪਤਾ ਕਰਾਂਗੇ, ਬੈਕਵਰਡ ਦੇ ਵਿੱਚ ਜਾਵਾਂਗੇ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਨਸ਼ੇ ਦਾ ਵੀ ਸਾਨੂੰ ਪਤਾ ਲੱਗਿਆ ਅਤੇ ਰਿਕਵਰੀ ਵੀ ਹੋਈ ਹੈ, ਉਹਦੇ ਵਿੱਚ ਵੀ ਬੈਕਵਰਡ ਫਾਰਵਰਡ ਲਿੰਕੇਜ ਇਸਟੈਬਲਿਸ਼ ਕਰਾਂਗੇ। ਜਿਹੜਾ ਕਿ ਅਸਲਾ ਮਿਲਿਆ ਉਹਦੇ ਵਿੱਚ ਵੀ ਅਸੀਂ ਪਿੱਛੇ ਤੱਕ ਜਾਵਾਂਗੇ, ਕਿੱਥੋਂ ਲੈ ਕੇ ਆਏ ਹਾਂ, ਕੀ ਲੀਡ ਸੀਗੀ। ਹਾਂਜੀ ਹਾਂ ਬਿਲਕੁਲ, ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਦੀ ਫੁੱਲ ਇੰਟਰੋਗੇਸ਼ਨ ਕੀਤੀ ਜਾਊਗੀ ਜੀ। ਹਾਂਜੀ ਹਾਂਜੀ, ਸਾਰਿਆਂ ਤੇ ਹੀ ਅਸੀਂ ਪਰਚਾ ਦਰਜ ਕੀਤਾ ਗਿਆ, ਪੁਲਿਸ ਵੱਲੋਂ ਹੀ ਦਿੱਤਾ ਗਿਆ ਪਰਚਾ, ਇਨ ਸਾਰਿਆਂ ਤੇ ਕਾਰਵਾਈ ਹੋਈ। ਦੋਨੋਂ ਤਰਫੋਂ ਜੀ ਅਸੀਂ ਬੰਦੇ ਫੜੇ ਹਾਂ ਤੇ ਬਾਕੀ ਵੀ ਆਈਡੈਂਟੀਫਾਈ ਹੋ ਗਏ ਹੈ ਜਿੱਦਾਂ ਮੈਂ ਦੱਸਿਆ, ਐਂਡ ਵਿਲ ਬੀ ਨੈਬਿੰਗ ਦਮ ਸੂਨ, ਦੇ ਵਿਲ ਬੀ ਡੈਲਟ ਅਕੋਰਡਿੰਗਲੀ। ਜੋ ਇਹਨਾਂ ਤੇ ਕਾਰਵਾਈ ਬਣਦੀ ਹੈ ਲੀਗਲੀ, ਸਾਰੀ ਕੀਤੀ ਜਾਊਗੀ ਸਖਤੀ।
ਵੀ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ, ਮਾਨਯੋਗ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ, ਜੋ ਕ੍ਰਿਮੀਨਲਸ ਹੈਗੇ ਉਹਨਾਂ 'ਤੇ ਐਂਡ ਨਸ਼ਾ ਤਸਕਰਾਂ 'ਤੇ ਬਰਨਾਲਾ ਪੁਲਿਸ ਤਤਪਰ ਕੰਮ ਕਰ ਰਹੀ ਹੈ ਅਤੇ ਪ੍ਰੋਐਕਟਿਵਲੀ ਵਰਕ ਕਰਦੇ ਹੋਏ ਸਾਨੂੰ ਇੰਟਲ ਸੀਗੀ ਕਿ ਇੱਕ ਗਿਰੋਹ ਇੱਥੇ ਫਿਰਦਾ ਹੈਗਾ ਜੋ ਚੋਰੀਆਂ ਕਰਨ ਦਾ ਮਾਹਿਰ ਹੈ। ਸਪੈਸ਼ਲੀ ਉਹ ਟਾਰਗੇਟ ਕਰਦੇ ਸੀਗੇ ਜੋ ਦਿਨ ਦੇ ਟਾਈਮ ਕੋਠੀਆਂ ਬੰਦ ਹੁੰਦੀਆਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਰੈਕੀ ਕਰਕੇ ਉਹਨਾਂ ਨੂੰ ਟਾਰਗੇਟ ਕਰਦੇ ਸੀਗੇ। ਅਤੇ ਇਹ ਜਿਹੜੇ ਗਿਰੋਹ ਦੇ ਬੰਦੇ ਅਸੀਂ 4 ਫੜੇ ਹੈਗੇ ਜੀ, ਇਹ ਮੱਖਣ ਰਾਮ ਹੈਗਾ ਪਟਿਆਲੇ ਦਾ, ਇੱਕ ਕਰਨ ਹੈਗਾ ਸੰਗਰੂਰ ਦਾ, ਛਿੰਦਾ ਬਰਨਾਲੇ ਦਾ, ਐਂਡ ਇੱਕ ਸਨੀ ਉਹ ਵੀ ਪਟਿਆਲੇ ਦਾ ਹੈਗਾ। ਇਹਨਾਂ 'ਤੇ ਕ੍ਰਿਮੀਨਲ ਪਾਸਟ ਹੈ ਮੋਸਟਲੀ। ਇਹਨਾਂ 'ਤੇ ਇੱਕ ਇੱਕ ਪਰਚਾ ਸਾਨੂੰ ਹਾਲ ਕੀ ਘੜੀ ਕਰਨ, ਮੱਖਣ ਅਤੇ ਛਿੰਦਾ 'ਤੇ 2 ਪਰਚੇ ਅਤੇ ਬਾਕੀਆਂ ਦੋਨਾਂ 'ਤੇ ਇੱਕ ਇੱਕ ਪਰਚਾ, ਇਹ ਚੋਰੀ ਦੇ ਸਾਨੂੰ ਹਾਲ ਕੀ ਘੜੀ ਪਤਾ ਲੱਗਿਆ ਹੈਗਾ। ਇਹਨਾਂ ਤੋਂ ਵੀ ਅਸੀਂ ਰਿਕਵਰੀ ਕੀਤੀ ਹੈ ਜੀ, 2 ਮੋਟਰਸਾਈਕਲ ਸਾਨੂੰ ਇਹਨਾਂ ਤੋਂ ਮਿਲੇ ਹੈ ਜੋ ਚੋਰੀ ਦੇ ਹੈਗੇ, ਐਂਡ ਇੱਕ ਅਸਲਾ ਮਿਲਿਆ ਹੈ, ਕੰਟਰੀ ਮੇਡ ਵੈਪਨ ਹੈਗਾ 32 ਬੋਰ ਉਹਦੇ, ਐਂਡ 2 ਲਾਈਵ ਕਾਰਟ੍ਰਿਜਿਸ ਇਹਨਾਂ ਤੋਂ ਬਰਾਮਦ ਹੋਏ ਹੈ। ਅਤੇ ਹਾਲ ਕੀ ਘੜੀ ਸਾਨੂੰ ਉਮੀਦ ਹੈ ਕਿ ਕਾਫੀ ਵਾਰਦਾਤ ਜੋ ਕਿ ਨੋਟ ਓਨਲੀ ਇਨ ਬਰਨਾਲਾ, ਮੇ ਬੀ ਇਨ ਐਡਜੋਇਨਿੰਗ ਡਿਸਟ੍ਰਿਕਟਸ ਵੀ ਇਹਨਾਂ ਨੇ ਕੀਤੀ ਹੋਣੀ।